ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਹਾਂ ਆਪਣਾ ਅੱਜ ਦਾ ਵਲੌਗ। ਸੋ ਜੀ ਟਾਈਮ ਜਿਹੜਾ ਹੋ ਚੁੱਕਿਆ ਗਾ 5:30। ਸੋ ਉੱਠਣ ਸਾਰ ਅੱਜ ਸਭ ਤੋਂ ਪਹਿਲਾਂ ਕੰਮ ਸੀਗਾ, ਕਿਉਂਕਿ ਰਾਤ ਆਪਣੇ ਲੱਗੀ ਜਾਂਦਾ ਸੀਗਾ, ਪਾਣੀ ਚੱਲੀ ਜਾਂਦਾ ਸੀ ਰਾਤ, ਪੱਠੇ ਸਾਰੇ ਲੱਗੇ ਹੋਏ ਸੀਗੇ ਆਪਣੇ। ਅਤੇ ਡੈਡੀ ਮੈਨੂੰ ਕਹਿੰਦਾ ਸਵੇਰੇ ਉੱਠਣ ਸਾਰ ਪਹਿਲਾਂ ਤੂੰ ਪਾਣੀ ਛੱਡ ਕੇ ਆਪਣੀਆਂ ਮੂਲੀਆਂ 'ਚ ਲਾਉਣਾ ਗਾ, ਕਿਉਂਕਿ ਅੱਜ ਜਿਹੜਾ ਗਾ ਮਤਲਬ ਕਿ ਵਾਹਵਾ ਹੈਗਾ ਜਿਹੜਾ ਸਮਾਨ ਲਾਉਣ ਵਾਲਾ ਹੈਗਾ। ਇੱਕ ਆਪਣੇ ਉੱਧਰ ਚਰੀ ਲਾਉਣੀ ਹੈਗੀ, ਪੱਠੇ ਲਾਉਣੇ ਆ, ਮਿਰਚਾਂ ਲਾਉਣੀਆਂ ਹੈਗੀਆਂ, ਮੂਲੀਆਂ ਲਾਉਣੀਆਂ ਹੈਗੀਆਂ, ਐਂ ਕਰਕੇ ਫਿਰ ਵਾਹਵਾ ਸਮਾਨ ਹੈਗਾ। ਸੋ ਚਲੋ ਸਭ ਤੋਂ ਪਹਿਲਾਂ ਆਪਣੀਆਂ ਮੂਲੀਆਂ 'ਚ ਪਾਣੀ ਛੱਡਦੇ ਹਾਂ। ਪੱਠੇ ਤਾਂ ਪੂਰੇ ਵਧੀਆ ਲੱਗੇ ਖੜ੍ਹੇ ਆ, ਭਿੱਜੇ ਖੜ੍ਹੇ ਆ, ਬਾਕੀ ਮੂਲੀਆਂ ਚੱਲ ਕੇ ਦੇਖਦੇ ਹਾਂ ਜੇ ਨਿਕਲੀਆਂ ਕਿ ਨਹੀਂ, ਕਿਉਂਕਿ ਇਹ ਲੱਗੀਆਂ ਸੀਗੀਆਂ ਆਪਣੀਆਂ 4 ਤਰੀਕ ਨੂੰ ਪੰਜੀਰੀ ਤੋਂ ਇੱਕ ਦਿਨ ਪਹਿਲਾਂ, 4, 5, 6 ਅੱਜ ਹੈਗੀ ਇਹ 7 ਤਰੀਕ। ਸੋ ਅੱਜ ਤਾਂ ਬਾਹਰ ਨਿਕਲਣੀਆਂ ਚਾਹੀਦੀਆਂ ਹੈਗੀਆਂ, ਬਾਕੀ ਚੱਲ ਕੇ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਣੇ ਆ। ਫਿਰ ਪਾਣੀ ਪੂਣੀ ਦੇ ਤਾਂ ਜਲ ਥਲ ਕਰਿਆ ਪਿਆ ਕੰਮ ਸਾਰਾ, ਮਿਰਚਾਂ ਨੂੰ ਵੀ ਸੱਦਾ ਪਿਆ ਲੱਗਦਾ। ਮੂਲੀ ਦੀ ਪਰਫੋਰਮੈਂਸ ਆ ਜਿਹੜੀ ਮੈਨੂੰ ਵਧੀਆ ਲੱਗ ਰਹੀ ਹੈਗੀ, ਕਿਉਂਕਿ ਨਾ ਦੇਖੋ ਬੀਜ ਆਪਣੇ ਹੈਗੇ ਜਿਹੜੇ ਉੱਗਰਦੇ ਆਉਂਦੇ ਹੈਗੇ, ਅਤੇ ਅੱਜ ਇਹਨੂੰ ਪਾਣੀ ਲੱਗ ਗਿਆ ਨਾ, ਪਾਣੀ ਲੱਗਣ ਤੋਂ ਬਾਅਦ ਇਹ ਸਾਰੇ ਤਕਰੀਬਨ ਆ ਜਿਹੜੇ ਸ਼ਾਮ ਤੱਕ ਐਂ ਬਾਹਰ ਨੂੰ ਆ ਜਾਣਗੇ। ਠੀਕ ਆ ਬਈ, ਅਤੇ ਲਓ ਹੁਣ ਚੱਲ ਗਏ, ਪਾਣੀ ਛੱਡਤਾ ਗਾ, ਇਹ ਆਪੇ ਲੱਗੀ ਚੱਲੂਗਾ, ਪੱਠਿਆਂ 'ਚੋਂ ਪਾਣੀ ਬੰਦ ਕਰ ਦੇਵੇ, ਕਿਉਂਕਿ ਜੇ ਪੱਠਿਆਂ 'ਚ ਪਈ ਆ ਫਿਰ ਗਾਂਹ ਪਾਣੀ ਕਿੱਦਾਂ ਜਾਊਗਾ। ਚਲੋ ਫਿਰ ਪਾਣੀ ਛੱਡ ਕੇ ਬੰਦ ਕਰਕੇ ਚੱਲ ਕੇ ਪਾਉਣੇ ਆ ਜੇ ਪੱਠੇ, ਫਿਰ ਆਵਾਂ ਵਾਹਨ ਦੇ ਵਿੱਚ ਵੱਧਣ, ਫਿਰ ਪੱਠੇ ਗੱਲ ਪੱਠਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਪੱਠਿਆਂ ਤੋਂ ਹੀ ਮੁੱਕ ਜਾਂਦੀ ਹੈ। ਕੱਲ੍ਹ ਨਾ ਬਈ ਨਾਲੇ ਮੈਨੂੰ ਪਤਾ ਵੀ ਸੀਗਾ, ਅਤੇ ਪਰ ਫਿਰ ਵੀ ਨਾ ਗਲਤੀ ਵੱਡੀ ਹੋ ਗਈ ਆ, ਦਾਤੀ ਜਿਹੜੀ ਆਪਣੇ ਪੱਠੇ ਵੱਢਣ ਵਾਲੀ ਵਿੱਚ ਰਹਿ ਗਈ ਸੀਗੀ, ਕੱਲ੍ਹ ਮੈਂ ਪੱਠੇ ਵੱਢ ਕੇ ਇੱਥੇ ਰੱਖਤੀ ਸੀਗੀ, ਇਹ ਵੀ ਚੱਕਣੀ ਪਊਗੀ, ਤੜਕੇ ਤੜਕੇ ਠੰਡੇ ਪਾਣੀ 'ਚ ਵੜਨਾ ਪੈ ਗਿਆ, ਇਹ ਵੀ ਕਹਿੰਦਾ ਬਹੁਤ ਔਖਾ ਹੈ, ਠਾਰ ਹੀ ਦਿੱਤੇ ਪੈਰ ਯਾਰ ਨਾ। ਹਜੇ ਗਰਮੀ ਜੀ ਉਸ ਹਿਸਾਬ ਦੀ ਹੋਈ ਨਹੀਂ, ਦੁਪਹਿਰੇ ਜੀ ਹੁੰਦੀ ਹੈ 12 ਵਜੇ ਤੋਂ ਲੈ ਕੇ 5 ਵਜੇ ਤੱਕ ਗਰਮੀ, ਨਹੀਂ ਤਾਂ ਚਿਲਡ ਹੀ ਰਹਿੰਦਾ ਮੌਸਮ, ਹੁਣ ਇਸ ਵੇਲੇ ਪੱਖੇ ਪੂਰੇ ਉੱਠਦੇ ਨਾ, ਠੰਡ ਲੱਗਦੀ ਹੈਗੀ, ਮਤਲਬ ਕੰਬਲ ਲੈ ਕੇ ਪੈਣਾ ਪੈਂਦਾ ਪੱਖੇ ਦੇ ਮੂਹਰੇ ਵੀ, ਵੇਖੋ ਐਂ ਤਾਂ ਕਿ ਗਰਮੀ ਕਰੂਗਾ ਕਿ ਪਿਛਲੇ ਏਰੀਏ ਨੂੰ ਠੰਡ ਹੀ ਦਿਖਾਊਗਾ, ਪਰ ਜੇ ਕਰਤੀ ਗਰਮੀ ਤਾਂ ਚੇਬ ਵੀ ਕੱਢੂਗਾ। ਲਓ ਵੀ ਸੰਦ ਆਪਣਾ ਆ ਗਿਆ ਗਾ, ਹੁਣ ਇਹਦੇ ਨਾਲ ਪੱਠੇ ਵੱਢਾਂਗੇ। ਕੰਮ ਕਾਰ ਨਿਬੇੜ ਕੇ ਹੁਣ ਆਪਣਾ ਘਰ ਵਾਲੇ ਇੱਧਰ ਆ ਗਏ, ਵਾਹਨ ਦੇ ਵਿੱਚ ਮੂਲੀਆਂ ਦੇਖਣੀਆਂ ਲੱਗ ਗਈਆਂ ਹੋਊਗਾ, ਤਾਂ ਗਾਂਹ ਆਪਣੇ ਕਾਰਨਾਂ ਪੱਠਿਆਂ ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਅੱਜ ਤੋੜੀਆਂ ਸੀਗੀਆਂ ਤੋਰੀਆਂ, ਅੱਜ ਤੋਰੀਆਂ ਮੇਰੇ ਹਿਸਾਬ ਨਾਲ 3 ਕਿਲੋ ਲਈਆਂ, ਜਿਹੜੀਆਂ ਆਪਣੀਆਂ ਪਹਿਲੇ ਪਾਸੇ ਲੱਗੀਆਂ ਨਾ, ਜਿਹੜੀਆਂ ਪਹਿਲਾਂ ਲਾਈਆਂ ਸੀਗੀਆਂ, ਅਤੇ ਬਾਕੀ ਹੁਣ ਮੂਲੀਆਂ ਦੇਖਦੇ ਹਾਂਗੇ ਕੀ ਹਿਸਾਬ ਕਿਤਾਬ ਹੈਗਾ, ਲੱਗ ਗਈਆਂ ਕਿ ਨਹੀਂ। ਚਲੋ ਹਲਕਾ ਫੁਲਕਾ ਜਾਂ ਇੱਕ ਵਾਰੀ ਨਾ ਪਾਣੀ ਫਿਰ ਗਿਆ ਮੂਲੀਆਂ 'ਚ ਵੀ, ਅਤੇ ਇਹਨੂੰ ਪਾਣੀ ਛੱਡਣਾ, ਕਮਲਾਈ ਜੀ ਖੜੀ ਹੈ ਇਹਦੇ ਵਿੱਚ ਨਾ ਬਈ, ਆਪਾਂ ਨੂੰ ਆਹ ਚੀਜ਼ ਜ਼ਰੂਰੀ ਪਾਉਣੀ ਪੈਂਦੀ ਹੈ ਜਾਂ ਯੂਰੀਆ। ਸੋ ਯੂਰੀਆ ਇਹਨੂੰ ਵੀ ਮਾਰ ਦਿੰਦੇ ਆਪਾਂ ਵੀ, ਯੂਰੀਆ ਪੱਠਿਆਂ 'ਚ ਪਾ ਕੇ ਆਪਣਾ ਯੂਰੀਆ ਵੱਧ ਜਾਂਦਾ ਜੀ, ਐਂ ਨਹੀਂ ਹੁੰਦਾ, ਇਹ ਤਾਂ ਆਪਦਾ ਅਲੱਗ ਅਲੱਗ ਹਿਸਾਬ ਕਿਤਾਬ ਜਿਹਾ ਹੁੰਦਾ ਹੈਗਾ। ਵੈਸੇ ਤਾਂ ਇਹ ਯਾਰ ਤਕਰੀਬਨ ਚਲੋ ਰੇਹਾਂ ਸਪਰੇਹਾਂ ਮਾੜੀਆਂ ਤਾਂ ਹੈਗੀਆਂ, ਪਰ ਸਰਕਾਰਾਂ ਨੇ ਬੀਜ ਇਹੋ ਜਿਹੇ ਦਿੱਤੇ ਵੀ ਇਹਦੇ ਤੋਂ ਬਿਨਾਂ ਉੱਠਦੀਆਂ ਨਹੀਂ, ਜਿਹੜਾ ਹੁਣ ਅੰਗਰੇਜ਼ੀ ਦਵਾਈ ਦੇ ਸਰੀਰ 10 ਸਾਲ ਚੱਲ ਗਏ ਯਾਰ, ਉਹ ਮੁੜ ਕੇ ਕਿੱਥੇ ਦੇਸੀ ਦਵਾਈ ਨਾਲ ਉੱਠ ਕੱਢੂਗਾ ਕਿ ਨਹੀਂ। ਉਹ ਗੱਲ ਆ ਜਿਹੜੀ ਗੱਡੀ ਹੁਣ ਜਿਹਦੇ ਜਹਾਜ਼ਾਂ ਦਾ ਤੇਲ ਪੈਂਦਾ, ਉਹ ਕਿੱਥੋਂ ਡੀਜ਼ਲ ਪੈਟਰੋਲ 'ਤੇ ਆਮ 'ਤੇ ਉੱਠਦੀ ਆ, ਪਰ ਇੰਨਾ ਕਰ ਸਕਦੇ ਹਾਂ ਆਪਾਂ, ਘੱਟ ਕਰ ਸਕਦੇ ਹਾਂ, ਜਿਵੇਂ ਹੁਣ ਆਪਾਂ ਬਾਲਟੀ ਆ ਇਹ 2 ਕਿਆਰਿਆਂ 'ਚ ਪਾਉਣੀ ਆ, ਕਈ ਲੋਕ 1 ਕਿਆਰੇ 'ਚ 1 ਬਾਲਟੀ ਪਾ ਦਿੰਦੇ ਆ, ਇਹ ਹਿਸਾਬ ਕਿਤਾਬ ਆ, ਜਿਵੇਂ 5 ਕਿਲੋ ਆਹ ਥਾਂ ਦੀ 15 ਕਿਲੋ ਆ ਗਈ ਬਣਦੀ, ਆਪਾਂ 10 ਕਿਲੋ ਪਾ ਦਿੰਦੇ ਹਾਂ, ਘੱਟ ਪਾ ਲਓ, ਚਲੋ ਕੋਈ ਗੱਲ ਨਹੀਂ, ਬਾਕੀ ਇਹ ਹਿਸਾਬ ਕਿਤਾਬ ਤਾਂ ਹੀ ਚੱਲੀ ਜਾਣੇ ਜ਼ਿੰਦਗੀ ਦੇ, ਕਰ ਵੀ ਕੀ ਸਕਦੇ ਹਾਂ ਜਦੋਂ ਇਹ ਤੋਂ ਬਿਨਾਂ ਹੁੰਦਾ ਹੀ ਨਹੀਂ। ਲਓ ਵੀ ਸੁੱਟ ਕੇ ਅਤੇ ਪਾਣੀ ਛੱਡ ਕੇ ਫਿਰ ਘਰੇ ਚੱਲ ਕੇ ਪੀਣਾ ਚਾਹ। ਕਾਜੂ ਏ ਕਾਜੂ ਏ ਕਾਜੂ ਏ
ਮਿੱਠਾ ਘੱਟ ਆ ਬੇਕਰੀ ਵਾਲੇ ਜਿਹੜੇ ਛਮਾਈਲਾ ਮਾਰਦੇ ਨੇ ਚਾਹ ਪੀ ਲਈ ਤੂੰ ਨੀ ਪੀਣੀ ਤੂੰ ਹੀ ਨੀ ਲੋਟ ਆਉਂਦਾ ਹੋਵੇ ਦਾਜੂ ਕਦੇ ਇੱਧਰ ਕਦੇ ਉੱਧਰ ਹੈ ਉਹ ਬੱਲੇ 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 ਬਾਛੀਆਂ ਆ ਗਈਆਂ ਬਾਛੀਆਂ ਅੱਛਾ ਵਾਹ ਚੱਲ ਫਿਰ ਸਟਾਰਟ ਕਰਦੇ ਹੁਣ ਮਾਰਦੇ ਸੈਲਫ ਰੂਪਾ ਹੁਣ ਮਾੜਾ ਜਿਹਾ ਰਾਤ ਰੋਂਦੀ ਸੀਗੀ ਗੱਲ ਕਰਦੀ ਚੈ 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 ਹੁਣ ਨਿਕਲਣ ਲੱਗੂਗੀ ਜਿਵੇਂ ਜਿਵੇਂ ਵੱਡੀ ਹੋਵੇ ਜਵਾਨ ਵੱਡੀ ਹੁੰਦੀ ਜਾਊਗੀ ਅਸੀਂ ਤਾਂ ਧੁੱਪੇ ਨਾ ਸੇਕ ਚ ਅਸੀਂ ਨੀ ਜਾਂਦੇ ਜੂੰਦੇ ਗੇ ਨਾ ਵੀ ਅਸੀਂ ਨੀ ਜਾਂਦੇ ਅਸੀਂ ਤਾਂ ਠੰਡੇ ਥਾਂ ਤੇ ਰਵਾਂਗੇ ਠੰਡੇ ਥਾਂ ਤੇ ਲੋਕ ਕੇ ਠੰਡੇ ਥਾਂ ਤੇ ਲੋਕ ਕੇ ਰਵਾਂਗੇ ਅਸੀਂ ਹਾਂ ਭੁੱਖ ਲੱਗੀ ਹੁਣ ਤਾਂ ਲਓ ਵੀ ਮੈਂ ਕਿਹਾ ਪੰਜੀਰੀ ਦਾ ਸੀ ਵੀ ਮਾੜਾ ਜਿਹਾ ਜਿਹੜਾ ਯਾਦੂ ਆ ਦੇਖ ਲਗੇ ਕੌੜੀ ਜੀ ਤਾਂ ਨੀ ਕੌੜੀ ਜੀ ਹੁੰਦੀ ਆ ਹੈਗੀ ਆ ਕਮੈਂਟ ਪੜ੍ਹੀ ਜਾਂਦੀ ਸੀ ਉੱਥੇ ਤਾਂ ਕਿਸੇ ਨੇ ਲਿਖਿਆ ਸੀਗਾ ਤੁਹਾਡਾ ਬਲੌਗ ਦੇਖ ਕੇ ਐਨਰਜੀ ਆ ਜਾਂਦੀ ਆ ਮੰਮੀ ਪੜ੍ਹਦੀ ਪੜ੍ਹਦੀ ਕਹਿੰਦੀ ਤੁਹਾਡਾ ਬਲੌਗ ਦੇਖ ਕੇ ਐਲਰਜੀ ਆ ਜਾਂਦੀ ਆ ਐਲਰਜੀ ਨੀ ਆਉਂਦੀ ਐਲਰਜੀ ਨੂੰ ਕਿਹੜਾ ਉਹਨੇ ਖੁਰਕਣ ਲੱਗ ਜਾਂਦੀ ਬਲੌਗ ਦੇਖ ਕੇ ਅੰਗਰੇਜ਼ੀ ਵੀ ਪੜ੍ਹ ਲੈਂਦੀ ਸਾਡੀ ਉੜੀ ਕਿ ਨਹੀਂ ਬਈ ਕਿ ਨਹੀਂ ਕੱਚੂ ਦਾਦੀ ਅੰਗਰੇਜ਼ੀ ਪੜ੍ਹਦੀ ਆ ਨਾਈਸ ਬਲੌਗ ਕਹਿੰਦੀ ਨਾਈਸ ਬਲੌਗ ਆ ਪੈਰਾਂ ਨਾਲ ਸਤਿ ਸ਼੍ਰੀ ਅਕਾਲ ਵੀ ਬੁਲਾ ਲੈਂਦੀ ਆ ਦਾਜੂ ਸ਼ਗਲੇ ਜੇ ਨਾ ਪਾਏ ਨੀ ਗੇ ਇਹਦੇ ਆਉਣਗੇ ਉਹ ਛੋਟੀ ਆ ਉਹ ਪਾ ਦਿਆਂਗੇ ਇਹਦੇ ਥੋੜੇ ਦਿਨਾਂ ਨੂੰ ਪਾ ਦਿੰਦੇ ਫਿਰ ਅੱਜ ਲਓ ਜੀ ਮੂਲੀਆਂ ਜਿਹੜੀਆਂ ਆਪਣੀਆਂ ਸਾਰੀਆਂ ਲੱਗ ਗਈਆਂ ਅਤੇ ਹੁਣ ਆਪਾਂ ਛੱਡ ਤਾ ਆਪਣੇ ਪੱਠਿਆਂ ਦੇ ਵਿੱਚ ਪਾਣੀ ਹੁਣ ਚੱਲਦੇ ਹਾਂ 10 ਮਿੰਟ ਉੱਧਰ ਲਾਉਂਦੇ ਹਾਂ ਗੁੱਡਦੇ ਹਾਂ ਪੱਠੇ ਦੇ ਇੱਥੇ ਕੱਢਦੇ ਹਾਂ ਫਿਰ ਘਰਦਿਆਂ ਦੀਆਂ ਅੱਖਾਂ ਜੀਆਂ ਵੀ ਜਿਹੜੀਆਂ ਠੰਡੀਆਂ ਹੋ ਜਾਂਦੀਆਂ ਵੀ ਅੱਜ ਮੁੰਡੇ ਨੇ 2 ਘੰਟੇ ਖੇਤ ਕੰਮ ਕਰਿਆ ਜੇ ਇਸ ਕੁ ਵੇਲੇ ਨਹਾ ਕੇ ਜੇ ਅੰਦਰ ਵੜ ਜਾਈਏ ਨਾ ਫਿਰ ਤਾਂ ਹੀ ਗਈ ਰਹਿਣਗੇ ਵਿਹਲਾ ਭੌਂਕਦਾ ਫਿਰਦਾ ਰਹਿੰਦਾ ਹੈਗਾ ਸਾਰੀ ਦਿਹਾੜੀ ਕੰਮ ਨਹੀਂ ਕੋਈ ਧੰਦਾ ਨਹੀਂ ਸੋ ਤਾਂ ਕਰਕੇ ਅੱਖਾਂ ਵੀ ਠੰਡੀਆਂ ਕਰਨੀਆਂ ਪੈਂਦੀਆਂ ਇਹਨਾਂ 'ਚ ਲਾਉਣੇ ਆ ਘੰਟਾ ਇਹ ਆਪਾਂ ਉਦੋਂ ਵੀ ਲੱਗੇ ਸੀ ਬਸ 2-3 ਕੇ ਗੁੱਡੇ ਗਏ ਸੀ ਆ ਰਹਿੰਦੇ ਸੀਗੇ ਸੋ ਇਹਨਾਂ ਦੇ ਵਿੱਚ ਆ ਕੱਖ ਪੱਠੇ ਜੇ ਵਾਹਵਾ ਹੋਏ ਖੜੇ ਮੁਰਕ ਮਰਕ ਜੀ ਲੱਗਦੇ ਆ ਜਿੰਨਾ ਕੁ ਚਿਰ ਜੀਅ ਜਾ ਕਰਦਾ ਜਦੋਂ ਮਨ ਜੱਕ ਗਿਆ ਉਦੋਂ ਹਟ ਜਾਵਾਂਗੇ ਆਪਣੇ ਕਿਹੜਾ ਸਿਰ 'ਤੇ ਕਿਸੇ ਨੇ ਤਲਵਾਰ ਧਰੀ ਹੈਗੀ ਹੈ ਨਾ ਵੀ ਇੰਨਾ ਟਾਈਮ ਕਰਨਾ ਹੀ ਕਰਨਾ ਆਪਣਾ ਆਪਦਾ ਕੰਮ ਆਪਦੇ ਬਿਜ਼ਨਸ ਦਾ ਨਾ ਇਹੀ ਫਾਇਦਾ ਜਿੰਨਾ ਮਰਜ਼ੀ ਕਰ ਲਓ ਜਿੰਨਾ ਜੀ ਕਰਦਾ ਜਦੋਂ ਜੀ ਕਰਦਾ ਛੱਡ ਦਿਓ ਅਤੇ ਚੱਲੀ ਜਾਂਦਾ ਵਧੀਆ ਸਰਕਲ ਲਓ ਵੀ ਇੱਕ ਵਾਰੀ ਜਿੰਨੀਆਂ ਕੁ ਗੁੱਡਾਂ ਦਾ ਮਨ ਸੀਗਾ ਚਾਰ ਕੁ ਤੇਰੇ ਗੁੱਡ 'ਤੇ ਉਹ ਤੋਂ ਬਾਅਦ ਵੱਟ ਘੱਟਤੀ ਇੱਧਰੋਂ ਨਾਲ ਨਾਲ ਇਹਨੂੰ ਕੱਲ੍ਹ ਕਿਉਂ ਕੱਲ੍ਹ ਨੂੰ ਮਿਲਣ ਦਾ ਵੱਟ ਆ ਜਾਣੀ ਅੱਜ ਅੱਜ 'ਚ ਕੱਲ੍ਹ ਨੂੰ ਵਾਹ ਕੇ ਇਹਨੂੰ ਬੀਜਾਂਗੇ ਉੱਧਰੋਂ ਵੀ ਘੱਟ ਦੇਣੀ ਆ ਨਾਲੋਂ ਨਾਲੋਂ ਸਾਰੀ ਅਤੇ ਮੰਮੀ ਤੋਂ ਮੰਗਾਈ ਪਾਣੀ ਮੇਰੇ ਬੋਲ ਸੁੱਕ ਗਏ ਬਾਜਾਂ ਮਾਰਦੇ ਤੇ ਸਾਰੇ ਫੋਨਾਂ 'ਤੇ ਮੈਂ ਫੋਨ ਲਾਏ ਨਾ ਕਿਸੇ ਦਾ ਫੋਨ ਚੱਕਿਆ ਯਾਰ ਪਾਣੀ ਬਿਨਾਂ ਜਾਨ ਨਿਕਲ ਜਾਂਦੀ ਹੈ ਪਾਣੀ ਬਿਨਾਂ ਮੈਂ ਰੋਟੀ ਪਕਾਉਣ ਲੱਗ ਗਈ ਦਵਿੰਦਰ ਨੂੰ ਖਵਾਉਣ ਲੱਗ ਗਈ ਕੋਲੇ ਉਹ ਖਾ ਕੇ ਦਵਿੰਦਰ ਗੱਲੀ ਲੱਗ ਗਈ ਉਹਦੀਆਂ ਗੱਲਾਂ ਹੀ ਸੁਣਨ ਲੱਗ ਗਈਆਂ ਬੈਠੀ
ਪਾਣੀ ਤਾਂ ਫਿਰ ਜਦੋਂ ਤੁਸੀਂ ਖੇਤ ਚੁਣੇ ਮੈਂ ਨਾਖੀ ਰੱਖਦੀ ਹਾਂ ਜੀ। ਪਾਣੀ ਤਾਂ ਹੁਣ ਮੈਂ ਤਾਂ ਉੱਥੋਂ ਹੀ ਪੀ ਲਿਆ ਸੀਗਾ, ਮੈਂ ਤਾਂ ਬੰਬੀ ਤੋਂ। ਉਹ ਭਾਬੀ ਕਹਿਣ ਲੱਗ ਗਈ ਮੈਨੂੰ ਪਾਣੀ ਦੇ ਕੇ ਜਾ, ਉਹਨਾਂ ਨੂੰ ਕਹਿ ਮੇਰੇ ਹੱਥ ਗਿਰ। ਚੱਲ ਜਾ ਉੜੀ ਦੇਖੋ ਵਿਆਹ ਜਿਹਦੇ ਕਰਮ ਹੈਗੇ ਆਹ ਰੁੱਤ ਦੇ ਕਾਹਦੇ ਵਿਆਹ ਹੁੰਦੇ ਸਾਡੇ। ਪਕੌੜੇ ਖਾ ਕੇ ਬੰਦੇ ਢਿੱਡ ਆਫਰ ਜਾਂਦੇ ਪਾਣੀ ਪੀ ਪੀ ਕੇ ਮਗਰੋਂ। ਉਹ ਵਿਆਹ ਲਾ ਲਗੇ 15-20 ਮਿੰਟ ਤੋਂ ਬਾਅਦ ਰੋਟੀ ਪਾਣੀ ਛਕ ਗਏ ਤੇ ਲੇਟ ਤੇ ਲਾਵਾਂਗੇ। ਲੋ ਵੀ ਅੱਜ ਤਾਂ ਇੰਨਾ ਥੱਕ ਕੇ ਕੰਮ ਕਾਰ ਕਰਦੇ ਕਰਦੇ ਨਾ ਪਤਾ ਨਹੀਂ ਲੱਗਿਆ ਪਏ ਕਿੱਥੇ। ਮੈਂ ਤਾਂ ਜਿਉਂ 11 ਵਜੇ ਵਾਹਨ 'ਚੋਂ ਹਟੇ ਆ ਕੇ ਅਤੇ ਨਹਾ ਧੋ ਕੇ ਖਾ ਕੇ ਰੋਟੀਆਂ, ਜਿਉਂ ਡਿੱਗੇ ਲਾਈਟ ਗਈ ਵੀ ਆ ਅਤੇ 3 ਵਜੇ ਉੱਠੇ ਆਪਾਂ ਤਾਂ ਪੀਤੇ ਨੇ ਗੰਗਾ। ਜਿਵੇਂ ਜਿਵੇਂ ਉੱਠੇ ਭੁੱਖ ਵੀ ਲੱਗੇ, ਕੁਛ ਖਾਣ ਪੀਣ ਨੂੰ ਲਿਆਂਦਾ ਜਾਵੇ, ਕੁਛ ਬਣਾਇਆ ਜਾਵੇ, ਕੁਛ ਮੈਗੀ ਬਣਾਓ, ਕੁਛ ਹੋਰ ਕਰ ਦੇਣਾ ਮਾਰ ਦੇ। ਹੁਣ ਮੈਂ ਤਾਂ ਊਂ ਹੀ ਕਿਹਾ ਗਾ ਟੱਕੀ ਬੈਠੀ ਆ ਸੱਲ ਲੈ ਕੇ ਦੁੱਧ ਪਾਪਾ ਨੂੰ ਮੰਡੀ ਜਾਂਦਾ ਕਿਹੜੇ ਆ। ਮੈਂ ਕਿਹਾ ਆਪੇ ਹਿੱਲੀ ਜਾਇਆ ਕਰੂ ਫਿਰ ਇਹਦੇ ਸੱਲ ਪੈ ਜਾਂਦੇ ਆ। ਉਹ ਡੈਡੀ ਨੇ ਖੋਲ ਕੇ ਕੱਢ ਲਏ ਸੱਲ। ਕਿੰਨੇ ਪੈਂਦੇ? 4 ਦੂਰੋਂ ਸੱਲ ਡੈਡੀ ਨੂੰ ਲੈ ਆਵਾਂਗੇ। ਤੂੰ ਵੈਸੇ ਤਾਂ ਪਾ ਲੈ, ਓ ਤਾਲ ਵਤਨਾ ਲੈ ਲੈ। ਅੰਦਰ ਤਾਂ ਬਈ ਬੜੀ ਗਰਮੀ ਲੱਗਦੀ ਸੀਗੀ ਤਾਂ ਕਰਕੇ ਬਾਹਰ ਹੀ ਆ ਗਏ। ਆਏ ਨੀ ਹੱਸਦੀ, ਆਪੀ ਹੱਸਦੀ ਆ। ਬੁੜੀਆਂ ਕਹਿ ਜਾਂਦੀਆਂ ਵਿਆਹ ਮਾਤਾ ਹਸਾਉਂਦੀ ਇਹਨੂੰ। ਵਿਆਹ ਮਾਤਾ ਕਿਹੜੀ ਹੁੰਦੀ ਆ? ਸਾਰੀਆਂ ਮਾਤਾ ਦਾ ਪਤਾ, ਸ਼ੇਰਾਂ ਵਾਲੀ ਮਾਤਾ ਹੋਊਗੀ, ਦੁਰਗਾ ਮਾਤਾ ਹੋਊਗੀ, ਲਕਸ਼ਮੀ ਮਾਤਾ ਹੋਊਗੀ। ਵਿਆਹ ਮਾਤਾ ਕਿਹੜੀ ਹੁੰਦੀ ਆ? ਡੈਡੀ ਨੂੰ ਤਾਂ ਆਪ ਨੀ ਪਤਾ ਹੋਣਾ। ਕੀ ਪਤਾ? ਇਹ ਆਇਆ ਨਾ ਸੁਪਨੇ ਦੇ ਵਿੱਚ, ਕੋਈ ਵੀ ਹੁੰਦਾ ਗਾ ਆਪਣਾ ਲਾ ਲਾ ਕਦੇ ਤੁਰੇ ਪਏ ਹੋਣੇ ਸੁਪਨੇ ਦੇ ਵਿੱਚ, ਇਹਨੂੰ ਕੋਈ ਵੀ ਪਤਾ ਨਹੀਂ, ਇਹਦਾ ਸੁਪਨਾ ਤਾਂ ਉਦੋਂ ਵੀ ਸੁੱਤੇ ਪਏ ਦਾ। ਇਹ ਕਹਿੰਦੇ ਪਿਛਲੇ ਜਨਮ ਦਾ ਹੀ ਹੁੰਦਾ ਜਵਾਕ, ਹੌਲੀ ਹੌਲੀ ਕਹਿੰਦੇ ਇੱਧਰ ਲੈਵ ਲੱਗਦੀ ਹੈਗੀ। ਪਹਿਲਾਂ ਜਵਾਕ ਨੂੰ ਆਦ ਸਾਰਾ ਪਿਛਲੇ ਜਨਮ ਮੈਨੂੰ ਯਾਦ ਹੋਊਗਾ ਹੁਣ ਮੇਰਾ ਇਹਨੂੰ। ਕਹਿੰਦੇ ਹੌਲੀ ਹੌਲੀ ਜਿਵੇਂ ਜਿਵੇਂ ਆਪਣੇ ਜਿਵੇਂ ਹੁਣ ਇੱਥੇ ਹੋਇਆ ਇਹ, ਹੁਣ ਇਹਦੀ ਮੋਹ ਜਦੋਂ ਇੱਧਰ ਪੈਣ ਲੱਗ ਗਏ, ਲੇਵੇ ਦੀ ਇੱਧਰ ਲੱਗਣ ਲੱਗ ਗਈ, ਫਿਰ ਉਹ ਹੌਲੀ ਹੌਲੀ ਉੱਧਰੋਂ ਭੁੱਲ ਜੂ ਸਾਰਾ ਕੁਛ, ਇੱਧਰਲੇ ਪਾਸੇ ਵਾਲਾ ਇਹਨੂੰ ਯਾਦ ਚੇਤੇ ਆਉਣ ਲੱਗ ਜੂ। ਹੁਣ ਤਾਂ ਇਹਦਾ ਕਿਸੇ ਨਾਲ ਮੋਹ ਨੀ, ਕਿਸੇ ਨਾਲ ਕੁਛ ਨੀ, ਕੀ ਲੱਗਦਾ ਹੋਊਗੀ ਭਾਰੀ ਅੱਗੇ ਨਾਲ ਨੀ। ਲਵੈਂਡਰ ਰੰਗ ਦੀਆਂ ਫਰਾਕਾਂ ਪਾਉਂਦੀ ਅਗਲੀ, ਹੁਣ ਕਿੱਥੇ ਲੋਟ ਆਉਂਦੀ ਆ, ਲੱਤਾਂ ਚੌਂਕੜੀ ਮਾਰੀ ਬੈਠੀ ਆ। ਛੋਟੀ ਮਾਤਾ ਦੇ ਸਾਰੇ ਸੁੱਤੇ ਪਏ ਆ ਗਏ। ਉਹ ਵੀ ਆਪਾਂ ਜਨਰੇਟਰ ਛੱਡ ਕੇ ਪੱਠੇ ਕੁਦਰ ਕੇ ਲਾਈਟ ਪੈਣੀ ਚਲਾਉਣੇ, ਉਹਨਾਂ ਚਿਰ 10 ਮਿੰਟ ਕਰ ਗਏ ਕੰਮ ਕਾਰ, ਫਿਰ ਲੱਗੇ ਗਏ ਕੰਮ ਕਾਰਾਂ ਤੇ। ਅੱਜ ਬਾਹਲਾ ਥੱਕ ਗਏ, ਬਾਹਲੇ ਦਿਨਾਂ ਬਾਅਦ ਇੰਨਾ ਕੰਮ ਕੀਤਾ। ਦਵਿੰਦਰ ਕਰੀ ਜਾਂਦੀ ਅੱਜ ਤੇਰਾ ਰੰਗ ਸੱਚੀ ਗੋਰਾ ਹੋ ਗਿਆ ਕਿ ਮੈਨੂੰ ਲੱਗਦਾ ਗਾ ਫਰਾਕ ਪਾਈ ਹੈ ਨੀਲੀਆਂ ਬੂਟੀਆਂ ਵਾਲੀ ਤਾਂ ਲੱਗਦਾ। ਅੱਜ ਢਿੱਲੋਂ ਨੇ ਕਾਲਾ ਕੋਟ ਪਾਇਆ ਤਾਂ ਜੱਚਦਾ ਹੈ, ਹੈਂ
ਉਹ ਕਹਿੰਦੇ ਨੇ ਹੁੰਦੇ ਅੱਜ ਢਿੱਲੋਂ ਨੇ ਕਾਲਾ ਕੋਟ ਪਾਇਆ ਤਾਂ ਜੱਚਦਾ, ਇਹਨੇ ਵੀ ਅੱਜ ਲਵੈਂਡਰ ਫਰਾਕ ਪਾਈ ਆ ਤਾਂ ਜੱਚਦੀ ਆ। ਅੱਜ ਬਾਹਰ ਆ ਨਾ, ਪਹਿਲਾਂ ਟਾਈਮ ਹੁੰਦਾ ਸੀ, ਹੁਣ ਤਾਂ ਬਈ ਮਾੜੀ ਲਾਈਟ ਨਹੀਂ ਜਾਂਦਾ। ਤੇ ਰਾਤ ਮੈਂ ਲੜ ਕੇ ਮੈਂ ਤਾਂ ਜਨਰੇਟਰ ਛਡਾਇਆ, ਕਹਿੰਦੇ ਕੁੜੀ ਮਰ ਜੂ ਗਰਮੀ ਚ। ਮੈਂ ਕਿਹਾ ਚਲੋ ਛੱਡ ਦਿੰਦੇ ਆ, ਪਹਿਲਾਂ ਬੁੜੀਆਂ ਵੀ ਪੰਗਾ ਰਹਿੰਦੀਆਂ ਸੋ ਆਤਾਂ ਲੈ ਕੇ ਚੋਈ ਜਾਂਦੀਆਂ। ਕਿ ਨਹੀਂ ਆਂਟੀ, ਫੋਨ ਨੰਬਰ ਹੈਗਾ ਦੱਸ ਦਿਓ ਆਪਾਂ, ਤੇਰੇ ਕੋਲ ਹੈਗਾ? ਆਹ ਹੈਗਾ ਬਈ ਸੁਨਾਮ ਸੰਗਰੂਰ, ਆਹ ਦਵਾਈ ਹੈਗੀ ਨਿਊ ਪੰਜਾਬ ਸੋਪ ਫੈਕਟਰੀ, ਮੱਖੀ ਮੱਛਰ ਕੀੜਿਆਂ ਵਾਸਤੇ ਸ਼ਰਤ ਗਾ ਪਾ ਗਾ। ਹੁਣ ਇਹਦਾ ਨੰਬਰ ਨੁੰਬਰ ਦਾ ਇੱਥੇ ਹੈ ਨਹੀਂ ਗਾ, ਤੇਰੇ ਕੋਲ ਹੈਗਾ ਆਪਾਂ ਨੰਬਰ? ਵੇਚਣ ਵਾਲੇ ਦਾ ਹੀ ਕਹਿੰਦੇ ਆ। ਹਾਂ ਅਗਲਿਆ ਫੋਨ ਕਰ ਦਿੰਦਾ, ਅਸੀਂ ਤਾਂ ਨੈਤੀ ਪਾ ਦੇਣਾ, ਬਹੁਤ ਮੋਕਦੀਆਂ ਇਹਦੇ ਨਾਲ। ਤੁਹਾਡਾ ਲਹੂ ਕੀ ਲੈਂਦੇ ਯਾਰ ਇੱਥੇ ਸ਼ਾਮੇ ਜੇ ਮੱਖੀਆਂ ਨਾ, ਉਹਨੂੰ ਮੈਂ ਨੰਬਰ ਵੀ ਦੇਊਂਗਾ ਬਈ ਦੇਖ ਕੇ। ਬੋਰੀ ਠੰਡੀ ਹੋ ਜਾਂਦੀ ਆ, ਬੋਰੀ ਠੰਡੀ ਰਹਿੰਦੀ ਆ ਨਾ, ਬੋਰੀ ਓਨਾ ਚਿਰ ਤਾਂ ਠੰਡੀ ਰਹਿੰਦੀ ਆ ਜਿੰਨਾ ਚਿਰ ਠੰਡੀ ਰਹਿੰਦੀ ਆ। ਜੇ ਕਿਤੇ ਮੱਖੀਆਂ ਨੇ ਵੀ ਕੇਸ ਕਰਨੇ ਹੁੰਦੇ ਨਾ, ਹੁਣ ਪੀਤੇ ਤਾਂ ਫਾਂਸੀ ਹੋ ਜਾਣੀ ਸੀ, ਇੰਨੀਆਂ ਮੱਖੀਆਂ ਮਾਰ ਚੁੱਕੀ ਆ। ਪੀਤੇ ਤੁਰ ਜਾਂਦੀ ਨਾ, ਐ ਕਰਕੇ ਮਾਰ ਦਿੰਦੀ ਹੈਗੀ ਮੱਖੀ। ਜਿਵੇਂ ਆਪਾਂ ਉਹ ਨੀ ਕਹਿੰਦੇ ਹੁੰਦੇ ਖਿੱਲਾਂ ਫੁੱਲੇ ਕਹਿੰਦੇ ਆ, ਐ ਫੜ ਕੇ ਉਹਨੂੰ ਦਊਂਗੀ ਦੂਰੋਂ ਦੱਸਿਆਂਗੇ। ਰਾਤ ਨਾ ਦੇਖੋ ਜੇ ਉਹਦਾ ਲਾਈਟ ਬਾਕੀ ਦੇ ਅੰਦਰ ਗਿਆ ਤੇ ਉਹਨੂੰ ਮਗਰ ਕਿਤੇ ਟਿੱਡਾ ਆ ਗਿਆ ਜੀ ਸਿਰ ਸੁਰ ਤੇ ਹੋਣਾ। ਦੋਨੋਂ ਨਾਲ ਦੀ ਬੈਠੇ, ਮੈਨੂੰ ਪਤਾ ਲੱਗ ਗਿਆ ਨਾ ਉਹ ਆਇਆ ਅੰਦਰ, ਉਹ ਗੇੜੇ ਕਰੀ ਜਾਵੇ ਤੇ ਉਹਨੂੰ ਕੱਢ ਕੇ ਸਾਹਮਣੇ ਫੋਨ ਦੇ ਕੀ ਫੋਨ ਤੋਂ ਪਤਾ ਲੱਗ ਜਾਂਦਾ। ਹਾਂ ਉਹ ਪਮੱਕੜ ਜਿਹਾ ਸੀਗਾ, ਮੋਟਾ ਜਿਹਾ ਸੀ, ਪੱਕਿਆਂ ਚ ਵੱਜ ਕੇ ਆਪੇ ਪਤਾ ਨਹੀਂ ਮਾਣਾ ਦਸਾਂ ਦਿਨਾਂ ਨੂੰ ਮਾਣਾ ਚ ਹੋ ਗਈ ਉਹਨਾਂ ਰੌਣਕ। ਹਾਂ ਮੱਕੀ ਵੀ ਜੀ ਅੰਦਰ ਕੋਈ ਝੋਨੇ ਨੀਰੀ ਵੀ ਜੀ ਅੰਦਰ ਜਦੋਂ ਅਸੀਂ ਹੋਏ ਸੀ ਉਦੋਂ ਵੀ ਜਨਰੇਟਰ ਛੱਡ ਦਿੰਦੇ ਸੀਗੇ। ਭੈੜੀ ਹੁੰਦੀ ਹੋਣੀ ਹੈ ਨਾ ਪਹਿਲਾਂ ਲੱਭਣੀਆਂ। ਹਾਂ ਬੱਬੂ ਹੋਈ ਸੀ ਜੁਲਾਈ ਚ, ਜੁਲਾਈ ਤਾਂ ਬਸ ਫਿਰ ਟੱਪ ਟੱਪ ਮੁੜ ਕੇ ਸ਼ਾਉਂਦਾ। ਹੁਣ ਤਾਂ ਕਿਹੜੀ ਗਰਮੀ ਸੀਗੀ, ਅੱਛਾ ਅੰਬ ਦਾ ਚਾਰ ਪਾਇਆ, ਦੋ ਘੰਟੇ ਜੋ ਦਰਸ਼ਨ ਦੇ ਤੇ ਬੱਬੂ ਨੇ। ਨਹੀਂ ਨਹੀਂ ਫਿਰ ਉਧਰ ਉਲਝ ਗਏ ਜੋ ਟਾਈਮ ਹੈ ਨੀ ਸੀਗਾ। ਨਹੀਂ ਨਹੀਂ ਹੁਣ ਤਾਂ ਪੱਖੀ ਝੱਲੀ ਨੀ ਜਾਂਦੀ, ਹੁਣ ਤਾਂ ਕਹਿੰਦੇ ਮਾਰੋ ਹੈਂਡਲ। ਬੀਬੀ ਸਾਰੀ ਰਾਤ ਬੇਬੇ ਦੀ ਭੈਣ ਆਈ ਵੀ ਸੀ, ਉਹਨੇ ਪੱਖੀ ਝੱਲੀ
ਭੂਆ ਨੂੰ ਕੂਕੀ ਨੂੰ ਕੂਕੀ ਤੋਂ ਦੀ ਸਾਰੀ ਰਾਤ ਕੁੱਕੀ ਤੇ ਲੈਂਦੀਆਂ ਬੇਬੇ ਦੀਆਂ ਦੋ ਭੈਣਾਂ ਨੂੰ ਵਾਰੀ ਨਾ ਆ ਜਾਂਦਾ ਹੁਣ ਤਾਂ ਉਹਦੀ ਗੱਲ ਬਿੰਦ ਨੀ ਅਗਲਾ ਗਰਮੀ ਨੀ ਬਹਿੰਦਾ ਰਾਤ ਆਪਾਂ ਵੇਖਿਆ ਜੇ 10 ਮਿੰਟ ਹੀ ਲੈਟ ਗਈ ਆ ਪਹਿਲਾਂ ਮੰਮੀ ਜਨੇਟਰਾਂ ਦਾ ਜ਼ਿਆਦਾ ਹੁੰਦਾ ਸੀਗਾ ਹੁਣ ਇਨਵੇਟਰਾਂ ਦਾ ਬਾਹਲਾ ਹੋ ਗਿਆ ਹੈ ਇਨਵੇਟਰ ਦਾ ਬਹੁਤ ਸੌਖਾ ਹੈ ਹਾਂ ਹੁਣ ਇਨਵੇਟਰ ਦਾ ਜਿਵੇਂ ਹੁਣ ਮਾੜਾ ਮੋਟਾ ਵੀ ਜਿਵੇਂ ਘੰਟਾ ਖੰਡ ਜਾਂਦੀ ਜਿਵੇਂ ਰਾਤ ਗਈ ਸੀ ਫਿਰ ਉਵੇਂ ਨੀ ਬੰਦੇ ਨੂੰ ਮੈਂ ਤਾਂ ਆਪਾਂ ਨਹੀਂ ਆਪਾਂ ਦੋ ਕਮਰੇ ਇਨਵੇਟਰ ਬਣਾ ਲਈ ਨਹੀਂ ਮੰਮੀ ਫੀਟਿੰਗ ਕਰਾਵੇ ਸਾਰੇ ਥਾਈ ਉਹਦੀ ਸਾਰੇ ਥਾਈ ਨਹੀਂ ਲੋੜ ਇੰਨੇ ਦਾ ਮੰਨ ਲੈਂਦਾ ਨਹੀਂ ਦੋ ਕਮਰੇ ਤਾਂ ਚੱਲੀ ਜਾਵੇ ਜਿਵੇਂ ਆਪਣੇ ਯਾਰ ਹੋਰ ਕਿਤੇ ਲੋੜ ਜੇ ਆਪਾਂ ਇਨਵੇਟਰ ਲਵਾਉਣਾ ਵੀ ਪਵੇ ਆਪਾਂ ਲਵਾ ਕੇ ਆਹ ਦੋਨੇ ਕਮਰਿਆਂ 'ਚ ਬਸ ਇਕੱਲਾ ਉਹਦੇ 'ਤੇ ਚੱਲਣ ਵਾਸਤੇ ਕੀ ਹੋਵੇ ਇੱਕ ਪੱਖਾ ਥਾਂ ਚੱਲ ਇੱਕ ਰਸੋਈ 'ਚ ਕਰਾ ਦੇ ਇੱਕ ਬੱਲਬ ਰਸੋਈ 'ਚ ਚੱਲੇ ਜਿਹਦੇ ਨਾਲ ਇੱਕ ਇੱਕ ਪੱਖਾ ਦੋਨੇ ਕਮਰਿਆਂ 'ਚ ਇੱਕ ਇੱਕ ਲਾਈਟ ਅਤੇ ਇੱਕ ਇਕੱਲੀ ਵਾਈ ਫਾਈ ਵਾਲੀ ਸੁੱਚ ਫਿਰ ਤਾਂ ਮੈਂ ਕਹਿੰਦਾ ਸੋਲਰ ਸਿਸਟਮ ਲਾਉਣਾ ਉਹ 6-7 ਕਿਲੋਵਾਟ ਦਾ ਫਿਰ ਰਹਿ ਕੀ ਗਿਆ ਮਗਰ ਇੱਕ ਬੱਲਬ ਆਪਾਂ ਲੌਬੀ 'ਚ ਵੀ ਲਵਾ ਲਾਂਗੇ ਹੈ ਬੈਟਰੀ ਲੈ ਜੇ ਬੈਟਰੀ ਨੂੰ ਕੀ ਹੁੰਦਾ ਗਾ ਕਿੱਥੇ ਜਾ ਕੇ ਬੰਦਾ ਸੋਚ ਲਾ ਲੇ ਕਿੰਨਾ ਫਰਕ ਹੈ ਉੱਠੀ ਹੈਂਡਲ ਮਾਰ ਕੇ ਜਨਰੇਟਰ ਦਾ ਕਿਹੜਾ ਮਾਰ ਕੇ ਆਵੇ ਜਾ ਕੇ ਜਨਰੇਟਰ ਜਦੋਂ ਆਪਾਂ ਅੰਦਰ ਲੈ ਸੀਗੇ ਤੇ ਆਪਣੇ ਬੀਜੀ ਦੀ ਤਾਰ ਪਾ ਕੇ ਲਿਆਂਦੀ ਅਸੀਂ ਵੀ ਨਵਾਂ ਆਪਾਂ ਜਨਰੇਟਰ ਲਿਆਂਦਾ ਕੋਈ ਨੀ ਤੈਨੂੰ ਦੇਵਾਂਗੇ ਸੇਵਾ ਤੂੰ ਖੜ ਜਾ ਹਜੇ 6 ਮਹੀਨੇ 2-4 ਮਹੀਨੇ ਖੜ ਜਾ ਤੈਨੂੰ ਸਿਖਾਵਾਂਗੇ ਕਈ ਬੰਦਾ ਨਾ ਘਰੇ ਬੁੜੀ ਤੱਕ ਚਾਹੀਦੀ ਹੈਂਡਲ ਮਾਰਨ ਆਉਂਦਾ ਜਿਹਨੂੰ ਚੁੱਲ੍ਹੇ ਤੇ ਨੀ ਬਣਦੇ ਸਟੋਰਾਂ ਵਾਲੇ ਆਲੂ ਨੀ ਆਲੂ ਤਾਂ ਦੂਜੇ ਹੀ ਆਏ ਸਟੋਰਾਂ ਵਾਲੇ ਤਾਂ ਹਜੇ ਸਿਆਲਾਂ 'ਚ ਜਾ ਕੇ ਆਉਂਦੇ ਆ ਹੁਣ ਤਾਂ ਸੱਜਰੇ ਤਾਂ ਲੋਕਾਂ ਨੇ ਆਲੂ ਕੱਟ ਕੇ ਵੇਚੇ ਆ ਚਲੋ ਕੋਈ ਨੀ ਬਣਾਓ ਆਲੂ ਕਹਿੰਦੀ ਢਿੱਲੜ ਜੇ ਹੋ ਜਾਂਦੇ ਆ ਚਲੋ ਵੀ ਪੀਤਰੀਆਂ ਵੀ ਆਉਣ ਵਾਲੀਆਂ ਪੀਤਰੀਆਂ ਗੰਗਾ ਬਠਿੰਡੇ ਆਦੇ ਕਹਿੰਦੀਆਂ ਨੇਲ ਨੂਲ ਜੇ ਕਰਾਉਣੇ ਹੈਗੇ ਇੱਕ ਚੁੰਨੀਆਂ ਚਾਨੀਆਂ ਸੂਟ ਸਾਟ ਫੜਨ ਵਾਸਤੇ ਮੈਂ ਚਲੋ ਵੀ ਤੁਹਾਡੀ ਲਓ ਨਜ਼ਾਰੇ ਤੁਹਾਡੀ ਜ਼ਿੰਦਗੀ 'ਚ ਨਜ਼ਾਰੇ ਆ ਸਾਡੀ ਧੱਕੇ ਧੁੰਮੇ ਆ ਅਸੀਂ ਧੱਕੇ ਧੁੰਮੇ ਲੈਂਦੇ ਹਾਂ ਕਿ ਨਹੀਂ ਮੰਮੀ ਨਜ਼ਾਰੇ ਤਾਂ ਫਿਰ ਆਈ ਆ ਨਜ਼ਾਰੇ ਫਿਰ ਆਏ ਨਾ ਕਦੇ ਆਈ ਜਾਂਦੇ ਆ ਫਿਰ ਕਦੇ ਜਾਈ ਜਾਂਦੇ ਆ ਐਂ ਖੜ ਜੇ ਨਹੀਂ ਰਹੇ ਇੱਕ ਥਾਂ 'ਤੇ ਮਾਂ ਕਿਹੜੀ ਐਸਲੀ ਆ ਮੇਰਾ ਤਾਂ ਆਈ ਨਾਂਗੇ ਕੱਦੂ ਤੋਰੀਆਂ ਜੀ ਨਾਂਗੀ ਜ਼ਿੰਦਗੀ ਜਵਾਨੀ ਤਾਂ ਸਾਡੀ ਤਿਆਰ ਕਰਕੇ ਗਿਫਟ ਅੱਜ ਆ ਜਿਹੜਾ ਸਹੁਰਾ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਦਵਿੰਦਰ ਨੂੰ ਲਓ ਜੀ
ਇਹ ਸਾਂਭ ਕੇ ਰੱਖ ਲੋ, ਦੋ ਤਿੰਨ ਮਹੀਨਿਆਂ ਤੋਂ ਬਾਅਦ ਤੁਹਾਡੇ ਕੰਮ ਆਇਆ ਕਰੂਗਾ ਜਦੋਂ ਆਪਾਂ ਗੋਹਾ ਸਿੱਟਿਆ ਕਰਾਂਗੇ। ਟੈਨਸ਼ਨ ਫ੍ਰੀ ਕਰਤਾ ਵੇਖਿਆ, ਲੱਗ ਕੇ ਰੱਖ ਕੇ ਵੇਖੀ, ਟਿਕਦਾ ਜਮਾ ਸਹੀ ਤੇਰੇ ਸਿਰ ਦੇ ਹਿਸਾਬ ਨਾਲ ਫਿਟਿੰਗ ਹੈ ਜੀ ਪੂਰੀ, ਵੇਖਦਾ ਸਹੀ ਸਹੀ ਆ ਆਂਟੀ ਦਾ। ਤੈਨੂੰ ਬੜਾ ਤੋਂ ਪਤਾ ਗਾ ਵਾਸ਼ਿੰਗ ਮਸ਼ੀਨ ਚ ਪਾ ਕੇ ਸਰਫ ਐਕਸਲ ਦੇ ਨਾਲ ਟਾਈਡ ਮਿਕਸ ਕਰਕੇ ਧੋਤਾ, ਤੈਨੂੰ ਰੰਗ ਨੀ ਦੇਖ ਰਿਹਾ ਆਂਟੀ ਕਿੱਡਾ ਸੋਹਣਾ ਇਹਦਾ। ਤਾਜੂ ਸਾਡਾ ਫੇਰ ਆ ਜਿਹੜਾ ਸ਼ੌਂਕ ਹੈਗਾ ਉਹ ਆਦੇ ਲੈ ਰਿਹਾ ਹੈਗਾ ਨਜ਼ਾਰੇ, ਤੇ ਭੂਆ ਰਕੀਆਂ ਦੀਆਂ ਆਉਣਗੀਆਂ ਹਜੇ ਲੇਟ, ਤੇ ਆਪਾਂ ਓਨਾ ਚਿਰ ਬਾਹਲਾ ਜ਼ਿਆਦਾ ਲੇਟ ਹੋ ਜਾਣਾ। ਮੰਮੀ ਜਿਹੜਾ ਆ ਕਰਦੀ ਆ ਨਾ ਟੇਸਟ ਚੈੱਕ ਸ਼ਿਮਲਾ ਮਿਰਚ ਦਾ, ਫਿਰ ਕਿਹੋ ਜੀ ਬਣੀ ਆ। ਮੈਂ ਤਾਂ ਭੁੱਖ ਲੱਗੀ ਹੋਈ, ਮੰਮੀ ਤਾਂ ਆਤੀ ਆ ਤਾਂ ਸਾਰੀਆਂ ਸਬਜ਼ੀਆਂ ਦੇ ਟੇਸਟ ਚੈੱਕ ਕਰਦੀ ਆ, ਇਸ ਵੇਲੇ ਇਹਨਾਂ ਨੂੰ ਭੁੱਖ ਵੱਧ ਲੱਗਦੀ ਆ। ਪਹਿਲਾਂ ਜਾ ਕੇ ਸਬਜ਼ੀ ਜਾਂ ਰੋਟੀ ਲਾ ਕੇ ਦੋ ਰੋਟੀਆਂ ਆਪ ਖਾ ਕੇ ਫੇਰ ਲਾਉਣ ਲੱਗਦੀ ਆ। ਟੇਸਟ ਟੂਸਟ ਸਹੀ ਆ, ਫਿਰ ਉਸ ਹਿਸਾਬ ਨਾਲ ਬਣਾਉਂਦੀ ਆ ਪ੍ਰੋਗਰਾਮ। ਕੱਲ ਨੂੰ ਇੱਕ ਹੋਰ ਨਵੇਂ ਬਲੌਗ ਨਾਲ, ਟਿਲ ਦੈਨ ਬਾਏ, ਟੇਕ ਕੇਅਰ, ਗੁੱਡ ਨਾਈਟ।